ਪੁਲਵਾਮਾ ਦੇ ਵਿੱਚ 40 ਤੋਂ ਉੱਪਰ ਘਰ ਪਰਿਵਾਰ ਜਿਹੜੇ ਹੈਗੇ ਨੇ ਇਸ ਵਕਤ ਤਬਾਹ ਹੋ ਚੁੱਕੇ ਨੇ, ਜਿਨ੍ਹਾਂ ਦੇ ਘਰ ਦੇ ਜੀਅ ਚਲੇ ਚੁੱਕੇ ਨੇ। ਉਹਨਾਂ ਦੇ ਵਿੱਚੋਂ ਹੀ ਇੱਕ ਤਰਨ ਤਾਰਨ ਦਾ ਸੁਖਜਿੰਦਰ ਵਾ, ਜਿਹਦਾ ਘਰ ਦੇ ਵਿੱਚ ਇਸ ਵਕਤ ਡੇਲੀ ਪੋਸਟ ਦੀ ਟੀਮ ਪਹੁੰਚੀ ਹੈ ਅਤੇ ਤੁਹਾਨੂੰ ਦੱਸਦੀ ਹੈ ਕਿ ਘਰ ਦੇ ਵਿੱਚ ਪੂਰਾ ਪੂਰਾ ਮਾਤਮ ਛਾਇਆ ਹੋਇਆ, ਗੱਲਬਾਤ ਕਰਨ ਵਾਸਤੇ ਮੌਜੂਦ ਨੇ ਉਹਨਾਂ ਦੇ ਬ੍ਰਦਰ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰ, ਕਿੰਨੀ ਦੇਰ ਪਹਿਲੇ ਇੱਥੇ ਆਏ ਸੀ ਭਾਅ ਜੀ ਹੁਣੇ? ਸੁਖਜਿੰਦਰ ਜੀ ਕਦੋਂ ਆਏ ਸੀ ਅਤੇ ਕਦੋਂ ਗਏ ਸੀ ਵਾਪਸ ਛੁੱਟੀ ਦੇ? 40 ਦਿਨ ਦੀ ਛੁੱਟੀ ਆਏ ਸੀ, 28 ਤਰੀਕ ਨੂੰ ਇੱਥੋਂ ਵਾਪਸ ਗਏ ਸੀ ਉਹ। ਹਾਂਜੀ, ਆਖਰੀ ਵਾਰੀ ਗੱਲ ਤੁਹਾਡੀ ਕਦੋਂ ਹੋਈ ਸੀ ਫੋਨ ਦੇ ਉੱਤੇ? ਆਖਰੀ ਵਾਰੀ ਜਿਸ ਦਿਨ ਇਹ ਬਲਾਸਟ ਹੋਇਆ ਉਸ ਦਿਨ 10 ਵਜੇ ਗੱਲ ਹੋਈ ਸੀ, ਬਸ ਠੀਕ ਠਾਕ ਜਿੱਦਾਂ ਨੋਰਮਲ ਗੱਲ ਹੁੰਦੀ ਪਰਿਵਾਰ ਦੇ ਵਿੱਚ। ਉਹਨੂੰ ਇਹ ਨਹੀਂ ਸੀ ਪਤਾ ਕਿ ਮੈਂ ਦੁਨੀਆ ਤੋਂ ਚੱਲ ਗਿਆ। ਪਿੰਡ ਦੇ ਵਿੱਚ ਕਿਸ ਤਰ੍ਹਾਂ ਦਾ ਉਹਨਾਂ ਦਾ ਹੁੰਦਾ ਸੀ? ਕਹਿੰਦੇ ਸੁਭਾਅ ਮਿੱਠਾ ਹੁੰਦਾ ਸੀ, ਕੋੜਾ, ਕਿਸ ਤਰ੍ਹਾਂ ਦਾ ਸੁਭਾਅ ਹੁੰਦਾ ਸੀ? ਬਹੁਤ ਵਧੀਆ ਸੁਭਾਅ ਸੀ, ਤਾਂ ਹੀ ਕਰਕੇ ਅੱਜ ਸਾਰਾ ਪਿੰਡ ਸਾਡੇ ਨਾਲ ਆ। ਬਹੁਤ ਜ਼ਿਆਦਾ ਦੁੱਖ ਮਨਾਇਆ ਜਾ ਰਿਹਾ ਪਿੰਡ ਵੱਲੋਂ, ਨਹੀਂ ਸਾਰੇ ਇਲਾਕੇ ਵੱਲੋਂ, ਸਾਰੇ ਲੀਡਰਾਂ ਵੱਲੋਂ, ਕਿਸੇ ਵੀ ਪਾਰਟੀ ਦਾ, ਚਾਹੇ ਉਹ ਅਕਾਲੀ ਦਲ ਦਾ, ਚਾਹੇ ਉਹ ਕਾਂਗਰਸ ਸਰਕਾਰ ਦਾ, ਚਾਹੇ ਉਹ ਆਮ ਆਦਮੀ ਪਾਰਟੀ ਦਾ, ਚਾਹੇ ਕੋਈ ਜਥੇਬੰਦੀ ਆ, ਸਾਰਿਆਂ ਨੇ ਸਾਡੇ ਨਾਲ ਆ ਕੇ ਦੁੱਖ ਦਾ ਪ੍ਰਗਟਾਵਾ ਕੀਤਾ ਵਾ। ਅਤੇ ਬਹੁਤ ਜ਼ਿਆਦਾ ਸਾਨੂੰ ਇਸ ਗੱਲ ਦਾ ਮਾਣ ਵੀ ਆ ਕਿ ਸਾਡਾ ਮੇਰਾ ਵੀਰ ਜਿਹੜਾ ਵਾ ਉਹਦਾ ਨਾਂ ਇੱਕ ਸ਼ਹੀਦਾਂ ਦੇ ਵਿੱਚ ਆਇਆ ਵਾ। ਇਸ ਕਰਕੇ ਸਾਰੇ ਪਿੰਡ ਨੂੰ ਵੀ ਉਹਦੇ ਉੱਤੇ ਮਾਣ ਆ, ਸਾਰੇ ਪਿੰਡ ਦਾ ਹੀ। ਉਹ ਇੱਕ ਲਾਡਲਾ, ਇੱਕ ਚਹੇਤਾ ਬੱਚਾ ਸੀ। ਹਾਂਜੀ, ਉਹਨਾਂ ਦਾ ਛੋਟਾ ਬੱਚਾ ਸੀ ਕਹਿੰਦੇ, ਕਿੰਨੀ ਦੇਰ ਦਾ ਬੱਚਾ ਸੀ ਉਹਨਾਂ ਦਾ ਛੋਟਾ? 6 ਮਹੀਨੇ ਦਾ ਬੱਚਾ ਉਹਨਾਂ ਦਾ ਜੀ। ਲੜਕਾ ਲੜਕੀ? ਨਹੀਂ ਜੀ, ਇੱਕੋ ਲੜਕਾ ਜੀ, 6 ਮਹੀਨੇ ਦਾ। ਖੁਦ ਕਿੰਨੇ ਭੈਣ ਭਰਾ ਨੇ ਸੁਖਜਿੰਦਰ ਜੀ? ਇੱਕ ਤੁਸੀਂ ਹੋ ਗਏ? ਹਾਂਜੀ, ਦੋ ਅਸੀਂ ਭਰਾ ਵਾਂ, ਇੱਕ ਸਾਡੀ ਸਿਸਟਰ ਆ, ਉਹ ਮੈਰਿਡ ਆ। ਹਾਂਜੀ, ਦੋ ਬੱਚੇ ਉਹਨਾਂ ਦੇ ਸਿਸਟਰ ਅਤੇ ਬੇਟਾ ਬੇਟੀ। ਸੋ ਤੁਸੀਂ ਸੁਣਿਆ ਵਾ ਕਿ ਸਾਰਾ ਪਰਿਵਾਰ ਜਿਹੜਾ ਵਾ ਉਹ ਸਦਮੇ ਵਿੱਚ ਹੈਗਾ। ਕੁਛ ਤਸਵੀਰਾਂ ਵੀ ਤੁਹਾਨੂੰ ਅੰਦਰ ਦੀਆਂ ਦਿਖਾਉਣੀਆਂ ਚਾਹਾਂਗਾ, ਕਿਉਂਕਿ ਜਿਹੜੀਆਂ ਤਸਵੀਰਾਂ ਨੇ ਉਹ ਵੇਖ ਕੇ ਹੀ ਲੱਗਦਾ ਵਾ ਕਿ ਜਿਸ ਤਰ੍ਹਾਂ ਵਾਕਿਆ ਮਾਤਮ ਜਿਹੜਾ ਹੈਗਾ ਪੂਰਾ ਪੂਰੇ ਘਰ ਪਰਿਵਾਰ ਦੇ ਵਿੱਚ ਛਾਇਆ ਹੋਇਆ। ਤਸਵੀਰ ਸਭ ਤੋਂ ਪਹਿਲੇ ਮੈਂ ਤੁਹਾਨੂੰ ਦਿਖਾਉਣਾ ਚਾਹਾਂਗਾ ਸੁਖਜਿੰਦਰ ਦੀ ਤਸਵੀਰ। ਸਾਹਮਣੇ ਤੁਸੀਂ ਦੇਖ ਸਕਦੇ ਸੁਖਜਿੰਦਰ ਦੀ ਤਸਵੀਰ ਲੱਗੀ ਹੋਈ ਹੈ ਅਤੇ ਘਰ ਦੇ ਵਿੱਚ ਮਾਤਮ ਛਾਇਆ ਵਾ। ਸਾਰੇ ਰਿਸ਼ਤੇਦਾਰ, ਤਾਈਆਂ, ਚਾਚੀਆਂ, ਮਾਸੀਆਂ ਸਾਰੀਆਂ ਪਹੁੰਚੀਆਂ ਨੇ ਅਤੇ ਨਾਲ ਦੀ ਨਾਲ ਪਿੰਡ ਵੀ ਪੂਰਾ ਇੱਥੇ ਪਹੁੰਚਣਾ ਸ਼ੁਰੂ ਹੋ ਚੁੱਕਿਆ ਲਗਾਤਾਰ। ਅਤੇ ਤਸਵੀਰਾਂ ਦੇ ਵਿੱਚ ਤੁਹਾਨੂੰ ਸਾਰੀਆਂ ਦਿਖਾਇਆ ਜਾ ਰਿਹਾ ਵਾ ਅਤੇ ਤੁਹਾਨੂੰ ਦੱਸ ਦਈਏ ਕਿ ਕਰੀਬ 11 ਵਜੇ ਤੋਂ ਬਾਅਦ ਸੰਸਕਾਰ ਦੀ ਜਿਹੜੀ ਵੀਡੀਓ ਕੀਤੀ ਜਾਏਗੀ ਅਤੇ ਕਾਫੀ ਜਿਹੜੇ ਇੱਥੇ MLAs ਵਗੈਰਾ ਜਿਹੜੇ ਸਾਰੇ ਪਹੁੰਚਣਗੇ ਅਤੇ ਵਧੀਆ ਤਰੀਕੇ ਦੇ ਨਾਲ ਇੱਕ ਸ਼ਹਾਦਤ ਦਿੱਤੀ ਜਾਏਗੀ। ਇੱਕ ਦੇਸ਼ ਦੇ ਨਾਮ ਆਪਣੀ ਜ਼ਿੰਦਗੀ ਕਰਨ ਵਾਲਾ ਜਿਹੜਾ ਸੁਖਜਿੰਦਰ ਵਾ, ਉਹਨੇ ਆਪਣੇ ਦੇਸ਼ ਦੇ ਨਾਮ ਜ਼ਿੰਦਗੀ ਕੀਤੀ ਹੈ, ਜਿੱਥੇ 40 ਤੋਂ ਉੱਪਰ ਪਰਿਵਾਰ ਜਿਹੜੇ ਨੇ ਉਹ ਆਪਣੀ ਜ਼ਿੰਦਗੀ ਦੇਸ਼ ਦੇ ਨਾਮ 'ਤੇ ਕਰਕੇ ਚੁੱਕੇ। ਉਹਨਾਂ ਵਿੱਚੋਂ ਇੱਕ ਸੁਖਜਿੰਦਰ ਵੀ ਹੈ ਜਿਹੜਾ ਤਰਨ ਤਾਰਨ ਦੇ ਵਿੱਚ ਗੰਢੀ ਪਿੰਡ ਦੇ ਵਿੱਚ ਰਹਿਣ ਵਾਲਾ, ਤਰਨ ਤਾਰਨ ਦੇ ਏਰੀਏ ਦੇ ਵਿੱਚ ਗੰਢੀ ਪਿੰਡ ਦੇ ਵਿੱਚ ਰਹਿਣ ਵਾਲਾ ਵਾ। ਅਤੇ ਸੁਖਜਿੰਦਰ ਨੇ ਆਪਣੀ ਜਿਹੜੀ ਜ਼ਿੰਦਗੀ ਹੈ ਉਹ ਦੇਸ਼ ਦੇ ਨਾਮ ਦੇ ਉੱਤੇ ਸ਼ਹੀਦ ਕਰ ਦਿੱਤੀ ਹੈ। ਅਤੇ ਹੁਣ ਦੇਖਣਾ ਹੋਏਗਾ ਕਿ ਸਰਕਾਰਾਂ ਕੀ ਐਕਸ਼ਨ ਲੈਂਦੀਆਂ ਉਹਨਾਂ ਲੋਕਾਂ ਦੇ ਖਿਲਾਫ ਜਿਨ੍ਹਾਂ ਜ਼ਾਲਮਾਂ ਨੇ ਐਡਾ ਵੱਡਾ ਬੰਬ ਬਲਾਸਟ ਕੀਤਾ ਅਤੇ ਜਿਹੜੇ 40 ਤੋਂ ਉੱਪਰ ਪਰਿਵਾਰਾਂ ਨੂੰ ਲੈ ਕੇ ਖਤਮ ਕਰ ਦਿੱਤਾ, ਦੁਨੀਆਦਾਰੀ ਵਿੱਚੋਂ ਖਤਮ ਕਰ ਦਿੱਤਾ, ਜ਼ਿੰਦਗੀ ਉਹਨਾਂ ਦੀ ਖਤਮ ਕਰ ਦਿੱਤੀ, ਘਰ ਪਰਿਵਾਰ ਜਿਹੜਾ ਉਹਨਾਂ ਦਾ ਰੋਲ ਦਿੱਤਾ, ਘਰ ਪਰਿਵਾਰ ਜਿਹੜੇ ਰੁਲੇ ਨੇ, ਰੁਲੇ ਹੋਏ ਪਰਿਵਾਰ ਸਿਰਫ ਇੱਕ ਹੀ ਗੁਹਾਰ ਲਗਾ ਰਹੇ ਨੇ ਕਿ ਸਰਕਾਰਾਂ ਜਿਹੜੀਆਂ ਉਹਨਾਂ ਨੂੰ ਮੂੰਹ ਤੋੜ ਜਵਾਬ ਦੇਵੇ। ਮੂੰਹ ਤੋੜ ਜਵਾਬ ਦੇਣ ਤੋਂ ਬਾਅਦ ਉਹਨਾਂ ਨੂੰ ਪਤਾ ਲੱਗ ਜਾਏ ਇੱਕ ਵਾਰੀ ਕਿ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਦੇ ਜਿਹੜੇ ਬੱਸ ਹਿੱਸਾ ਨੇ ਪੂਰੀਆਂ ਉਹਨਾਂ ਨੂੰ ਲੱਗਣ, ਅਤੇ ਫਿਰ ਉਹਨਾਂ ਨੂੰ ਪਤਾ ਲੱਗੇ ਕਿ ਜਿਹੜੇ ਚੁੱਪ ਚਪੀਤੇ ਦੇ ਨਾਲ ਧਮਾਕਾ ਕਰ ਦਿੱਤਾ ਗਿਆ ਵਾ ਅਤੇ ਉਹ ਇੱਕ ਵੱਡੀ ਜਿਹੜੀ ਉਹਨਾਂ ਦੀ ਹਾਰ ਹੋਣੀ ਚਾਹੀਦੀ ਹੈ। ਇਹਨਾਂ ਦੀ ਹਾਰ ਨਹੀਂ ਹੋਈ ਹੈ ਅਤੇ ਸ਼ਹੀਦ ਦੇਸ਼ ਦੇ ਨਾਮ ਦੇ ਉੱਤੇ ਹੋਈ ਹੈ, ਪਰ ਹਾਰ ਉਹਨਾਂ ਦੀ ਹੋਣੀ ਚਾਹੀਦੀ ਆ ਜਿਹੜੇ ਕਿ ਇਸ ਤਰ੍ਹਾਂ ਚੁੱਪ ਚਪੀਤੇ ਇਸ ਤਰ੍ਹਾਂ ਦੇ ਧਮਾਕੇ ਕਰਦੇ ਨੇ। ਕੈਮਰਾਮੈਨ ਮੁਕੇਸ਼ ਦੇ ਨਾਲ ਸੁਖਚੈਨ, ਪੁਲਵਾਮਾ ਦੇ ਵਿੱਚ।